ਤੁਸੀਂ ਵੀਖ ਰਹੇ ਹੋ ਚਾਂਜਰ ਤੇ ਐਨ ਆਰ ਆਈ ਨਿਊਜ਼ ਬਲੇਟਿੰਗ ਲੋ ਪੇਜ ਨੇ ਕੁਝ ਖਬਰਾਂ ਵਰਤ ਤੋਂ G20 ਯੂਕਰੇਨ ਯੁੱਧ ਊਰਜਾ ਸੰਕਟ ਫਰਟੀਲਾਈਜ਼ਰ ਆਦਿ ਤੇ ਪੀਐਮ ਮੋਦੀ ਨੇ ਕਈਆਂ ਵੱਡੀਆਂ ਗੱਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਯੁੱਧ ਨੂੰ ਲੈ ਕੇ ਦੋ ਧਰਾਵਾਂ ਵਿੱਚ ਵੱਡੀ ਦੁਨੀਆ ਨੂੰ ਇੰਡੋਨੇਸ਼ੀਆ ਦੇ ਬਾਲੇ ਵਿੱਚ ਹੋਏ G20 ਫਾਰਮ ਤੋਂ ਵੱਡੀ ਚੇਤਾਵਨੀ ਦਿੱਤੀ ਇੱਕ ਗਲੋਬਲ ਪਲੇਟਫਾਰਮ ਤੇ ਪਹਿਲੀ ਵਾਰ ਇਕੱਠੇ ਹੋਏ ਰੂਸ ਅਤੇ ਯੂਕਰੇਨ ਦੇ ਪ੍ਰਤੀਨਿਧਾਂ ਦੇ ਸਾਹਮਣੇ ਪੀਐਮ ਮੋਦੀ ਨੇ ਕਿਹਾ ਹੈ ਕਿ ਯੂਕਰੇਨ ਯੁੱਧ ਦੇ ਸਬੰਧ ਵਿੱਚ ਮੈਂ ਵਾਰ-ਵਾਰ ਕਹਿ ਰਿਹਾ ਹਾਂ ਕਿ ਸਾਨੂੰ ਜੰਗਵੰਦੀ ਅਤੇ ਕੂਟਨੀਤੀ ਦੇ ਰਸਤੇ ਤੇ ਵਾਪਸ ਜਾਣ ਦਾ ਰਸਤਾ ਲੱਭਣਾ ਹੋਵੇਗਾ ਉਹਨਾਂ ਨੇ ਕਿਹਾ ਹੈ ਕਿ ਦੰਗ ਕਾਰਨ ਊਰਜਾ ਖਾਦ ਤੇ ਅਨਾਜ ਦਾ ਸੰਕਟ ਪੈਦਾ ਹੋ ਗਿਆ ਹੈ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਅੱਜ ਖਾਦ ਉਪਲਬਧ ਨਾ ਹੋਈ ਤਾਂ ਕੱਲ ਨੂੰ ਵਿਸ਼ਵ ਨੂੰ ਅਨਾਜ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪਵੇਗਾ ਪੀਐਮ ਮੋਦੀ ਨੇ ਕਿਹਾ ਹੈ ਕਿ ਪਿਛਲੀ ਸਦੀ ਵਿੱਚ ਦੂਜੇ ਵਿਸ਼ਵ ਯੁੱਧ ਨੇ ਦੁਨੀਆ ਵਿੱਚ ਤਬਾਹੀ ਮਚਾਈ ਸੀ ਇਸ ਤੋਂ ਬਾਅਦ ਉਸ ਸਮੇਂ ਦੇ ਆਗੂਆਂ ਨੇ ਸ਼ਾਂਤੀ ਦੇ ਰਾਤੇ ਅੱਗੇ ਵਧਣ ਦਾ ਗੰਭੀਰ ਯਤਨ ਕੀਤਾ ਹੁਣ ਸਾਡੀ ਵਾਰੀ ਹੈ ਕਰੋਨਾ ਤੋਂ ਬਾਅਦ ਨਵੀਂ ਵਿਸ਼ਵ ਵਿਵਸਥਾ ਬਣਾਉਣ ਦੀ ਜ਼ਿੰਮੇਵਾਰੀ ਸਾਡੇ ਮੋਢਿਆਂ ਤੇ ਹੈ ਸ਼ਾਂਤੀ ਸੁਰੱਖਿਆ ਅਤੇ ਭਾਈਚਾਰਕ ਸਾਂਝ ਨੂੰ ਯਕੀਨੀ ਬਣਾਉਣ ਵਿੱਚ ਇੱਕਜੁੱਟ ਅਤੇ ਸਮੂਹਿਕ ਯਤਨ ਸਮੇਂ ਦੀ ਲੋੜ ਹੈ ਮੈਨੂੰ ਯਕੀਨ ਹੈ ਕਿ ਜਦੋਂ G20 ਦੀ ਬੈਠਕ ਭਗਵਾਨ ਬੁੱਧ ਅਤੇ ਗਾਂਧੀ ਜੀ ਦੀ ਪਵਿੱਤਰ ਧਰਤੀ ਤੇ ਹੋਵੇਗੀ ਤਾਂ ਅਸੀਂ ਦੁਨੀਆ ਨੂੰ ਸ਼ਾਂਤੀ ਪ੍ਰਤੀ ਠੋਸ ਸੰਦੇਸ਼ ਦੇਵਾਂਗੇ ਭਾਰਤੀ ਪ੍ਰਧਾਨ ਮੰਤਰੀ ਨੇ ਦੁਨੀਆ ਨੂੰ ਚੇਤਾਵਨੀ ਦਿੱਤੀ ਹੈ ਕਿ ਅੱਜ ਦੀ ਖਾਦ ਦੀ ਸਮੱਸਿਆ ਕੱਲ ਦਾ ਭੋਜਨ ਸੰਕਟ ਹੈ ਜਿਸ ਦਾ ਦੁਨੀਆ ਕੋਲ ਕੋਈ ਹੱਲ ਨਹੀਂ ਹੋਵੇਗਾ ਉਹਨਾਂ ਕਿਹਾ ਹੈ ਕਿ ਸਾਨੂੰ ਆਪਸੀ ਸਮਝੌਤਾ ਕਰਨਾ ਹੋਵੇਗਾ ਲੋਕਾਂ ਦੇਹਾ ਅਗਲੀ ਖਬਰ ਵੱਲ ਹੈਰਾਨੀਜਨਕ ਮਾਮਲਾ ਡਾਕਟਰਾਂ ਨੇ ਔਰਤ ਦੇ ਹੱਥ ਤੇ ਉਗਾ ਦਿੱਤਾ ਨੱਕ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਤੁਸੀਂ ਕਿਡਨੀ ਟ੍ਰਾਂਸਪਲੈਂਟ ਹਾਰਟ ਟ੍ਰਾਂਸਪਲੈਂਟ ਲਿਵਰ ਟ੍ਰਾਂਸਪਲੈਂਟ ਬਾਰੇ ਬਹੁਤ ਸੁਨਿਆ ਹੋਵੇਗਾ ਜਿਸ ਵਿੱਚ ਅੰਗ ਖਰਾਬ ਹੋਣ ਤੇ ਡਾਕਟਰ ਉਸ ਦੀ ਜਗ੍ਹਾ ਤੇ ਕੋਈ ਹੋਰ ਅੰਗ ਰੱਖ ਦਿੰਦੇ ਹਨ ਪਰ ਹਾਲ ਹੀ ਵਿੱਚ ਇੱਕ ਬਹੁਤ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਡਾਕਟਰਾਂ ਨੇ ਇੱਕ ਔਰਤ ਦੇ ਹੱਥ ਤੇ ਹੀ ਨੱਕ ਉਗਾ ਦਿੱਤਾ ਤੇ ਉਸ ਫਿਰ ਉਸ ਨੂੰ ਔਰਤ ਦੇ ਚਿਹਰੇ ਤੇ ਲਗਾ ਦਿੱਤਾ ਹਾਲਾਂਕਿ ਮੈਡੀਕਲ ਸਾਇੰਸ ਦੇ ਲਈ ਇਹ ਮਾਮਲਾ ਕੋਈ ਵੱਡਾ ਨਹੀਂ ਹੈ ਪਰ ਅਜਿਹੇ ਮਾਮਲੇ ਬਹੁਤ ਘੱਟ ਸਾਹਮਣੇ ਆਉਂਦੇ ਹਨ ਡਾਕਟਰਾਂ ਨੇ ਹੱਥ ਤੇ ਨੱਕ ਉਗਾਉਣ ਦੇ ਲਈ ਇੱਕ ਵਿਸ਼ੇਸ਼ ਤਕਨੀਕ ਦਾ ਸਹਾਰਾ ਲਿਆ ਜਿਸ ਕਾਰਨ ਇਸ ਪ੍ਰਕਿਰਿਆ ਵਿੱਚ ਕਾਫੀ ਸਮਾਂ ਲੱਗ ਗਿਆ ਦਿੱਲੀ ਮੈਲ ਦੀ ਰਿਪੋਰਟ ਮੁਤਾਬਕ ਇਹ ਮਾਮਲਾ ਫਰਾਂਸ ਦਾ ਹੈ ਫਰਾਂਸ ਦੀ ਰਹਿਣ ਵਾਲੀ ਕੈਰਨ ਨੂੰ 2013 ਵਿੱਚ ਸਾਈਨਸ ਕੈਂਸਰ ਹੋਣ ਦਾ ਪਤਾ ਲੱਗਿਆ ਸੀ ਇਸ ਕਾਰਨ ਉਸ ਨੂੰ ਕੀਮੋਥੈਰਪੀ ਅਤੇ ਰੇਡੀਓਥੈਰਪੀ ਦਿੱਤੀ ਗਈ ਉਸ ਨੂੰ ਕੈਂਸਰ ਤੋਂ ਛੁਟਕਾਰਾ ਮਿਲ ਗਿਆ ਸੀ ਪਰ ਡਾਕਟਰਾਂ ਨੇ ਉਸ ਦੇ ਨੱਕ ਦਾ ਕੁਝ ਹਿੱਸਾ ਕੱਟ ਦਿੱਤਾ ਸੀ ਡਾਕਟਰਾਂ ਨੇ ਚਮੜੀ ਦੇ ਗ੍ਰਾਫਟ ਤਕਨੀਕ ਦੇ ਨਾਲ ਨੱਕ ਦੇ ਟਿਸ਼ੂਆਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਇੱਕ ਨਕਲੀ ਨੱਕ ਲਗਾਇਆ ਪਰ ਹਰ ਕੋਸ਼ਿਸ਼ ਅਸਫਲ ਰਹੀ ਸਲੋਵੇਨੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਚੁਣੀ ਗਈ ਨਤਾਸ਼ਾ ਪਰਕ ਮੁਸਰ ਲਿਬਰਲ ਨੇਤਾ ਨਤਾਸ਼ਾ ਪਰਕ ਮੁਸਰ ਨੂੰ ਯੂਰਪੀ ਦੇਸ਼ ਸਲੋਵੇਨੀਆ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਚੁਣਿਆ ਗਿਆ ਹੈ ਉਹਨਾਂ ਨੇ ਐਤਵਾਰ ਨੂੰ ਰਾਸ਼ਟਰਪਤੀ ਚੋਣ ਦੇ ਲਈ ਦੇਸ਼ ਦੇ ਸਾਬਕਾ ਵਿਦੇਸ਼ ਮੰਤਰੀ ਐਂਜੇ ਲੋਂਗਰ ਨੂੰ ਜਨ ਆਫ ਵਿੱਚ ਹਰਾਇਆ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਮੁਸਰ ਨੇ ਕਿਹਾ ਹੈ ਕਿ ਉਹਨਾਂ ਦਾ ਪਹਿਲਾ ਕੰਮ ਸਲੋਵੇਨੀਆ ਵਿੱਚ ਸੱਜੇ ਅਤੇ ਖੱਬੇ ਗੱਠਜੋੜ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਹੋਵੇਗਾ ਇਹ ਤੇ ਦੱਸਦੀ ਹੈ ਕਿ ਰਨ ਆਫ ਇੱਕ VOTING ਪ੍ਰਣਾਲੀ ਹੈ ਜਿਸ ਵਿੱਚ ਪਹਿਲੇ ਗੇੜ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਦੋ ਉਮੀਦਵਾਰ ਦੂਜੇ ਗੇੜ ਵਿੱਚ ਦਾਖਲ ਹੁੰਦੇ ਹਨ ਅਤੇ ਉਸ ਵਿੱਚ ਜਿੱਤ ਦਰਜ ਕਰਨ ਵਾਲੇ ਉਮੀਦਵਾਰ ਨੂੰ ਜੇਤੂ ਐਲਾਨਿਆ ਜਾਂਦਾ ਹੈ ਅਧਿਕਾਰੀਆਂ ਮੁਤਾਬਕ ਰਨ ਆਫ ਵਿੱਚ ਮੁਸਰ ਨੂੰ 54% ਵੋਟ ਮਿਲੇ ਜਾਂਦੇ ਲੌਗਰ ਨੂੰ 48 ਫੀਸਦੀ ਵੋਟਾਂ ਮਿਲੀਆਂ ਰਾਸ਼ਟਰਪਤੀ ਦੇ ਤੌਰ ਤੇ ਮੋਸਰ ਦੀ ਚੋਣ ਕੇਂਦਰਵਾਦੀ ਖੱਬੇ ਗੱਠ ਜੋੜ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗੀ ਜਿਸ ਨੇ April ਵਿੱਚ ਸਲੋਵੇਨੀਆ ਦੀ ਸੰਸਦੀ ਚੋਣ ਜਿੱਤੀ ਸੀ ਸਮਰਥਕਾਂ ਨੇ ਆਪਣੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਕਿਹਾ ਹੈ ਕਿ ਮੇਰਾ ਪਹਿਲਾ ਕੰਮ ਸਲੋਵੇਨੀਆ ਦੇ ਸਾਰੇ ਨਾਗਰਿਕਾਂ ਵਿਚਾਲੇ ਗੱਲਬਾਤ ਸ਼ੁਰੂ ਕਰਨਾ ਹੋਵੇਗਾ